ਅਸਲਾਮੁ ਅਲੈਕੁਮ ਸੱਜਣੋ ਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ। ਅੱਜ ਦਿਨ ਹੈ ਜੀ ਬੁੱਧ ਦਾ ਅਤੇ ਇਸ ਟਾਈਮ ਸਿਆਲਕੋਟ ਦੇ ਸਸਤੇ ਫਾਰਮਰ ਮੁਹੰਮਦ ਸ਼ਾਹ ਸਾਹਿਬ ਦੇ ਡੇਰੇ 'ਤੇ ਮੌਜੂਦ ਹਾਂ। ਅਤੇ ਮਾਸ਼ਾਅੱਲਾ ਜੀ, ਅੱਜ ਦੀ ਇਸ ਵੀਡੀਓ 'ਚ ਟੋਟਲ 4 ਚੋਟੀਆਂ, ਇਸ ਤੋਂ ਇਲਾਵਾ 2 ਗਾਵਾਂ ਨੇ। ਕਮ ਅਜ਼ ਕਮ ਕੀਮਤ ਹੈ ਜੀ 1,65,000, 1,65,000 ਤੋਂ ਲੈ ਕੇ ਅਤੇ 2,85,000 ਦੀ ਰੇਂਜ ਤੱਕ ਜਾਨਵਰ ਨੇ। ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਅਤੇ ਉਹਨਾਂ ਦਾ ਜਿਹੜਾ ਜਾਇਜ਼ ਮੁਨਾਸਬ ਪਿਆਰ ਮੁਹੱਬਤ ਵਾਲਾ ਰੇਟ ਹੈ ਉਹ ਵੀ ਮਲੂਮ ਕਰਨੇ ਹਾਂ। ਭਾਈ ਸ਼ਾਹ ਸਾਹਿਬ ਆਓ ਜੀ ਸਾਹਮਣੇ ਜੀ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ। ਭਾਈ ਸ਼ਾਹ ਕੀ ਹਾਲ ਹੈ, ਠੀਕ ਹੋ? ਸਭ ਹੈਰੀਅਤ ਹੈ, ਅੱਲਾਹ ਪਾਕ ਦਾ ਕਰਮ ਹੈ, ਤੁਸੀਂ ਸੁਣਾਓ ਠੀਕ ਠਾਕ ਹੋ? ਅੱਲਾਹ ਪਾਕ ਦਾ ਬੜਾ ਸ਼ੁਕਰ ਹੋ ਜੀ, ਜ਼ਾਤ ਦਾ ਕਰਮ ਹੈ। ਤੁਹਾਡਾ ਐਡਰੈਸ ਮੈਂ ਹੀ ਸਮਝਾੜਨਾ ਦੋਸਤਾਂ ਨੂੰ, ਕਿਉਂਕਿ ਤੁਸੀਂ ਜ਼ਿੰਮੇਵਾਰੀ ਲਈ ਹੁੰਦੀ ਹੈ ਮੇਰੀ। ਚਲੋ, ਪਿੰਡ ਦਾ ਨਾਮ ਕਰਲੂਪ, ਤਹਿਸੀਲੋ ਜ਼ਿਲ੍ਹਾ ਸਿਆਲਕੋਟ, ਮੇਨ ਅੱਡਾ ਲੱਗਦਾ ਜੀ ਡਾਲੋ ਵਾਲੀ, ਉਹਦੇ ਨਜ਼ਦੀਕ ਹੀ ਭਾਈ ਸ਼ਾਹ ਸਾਹਿਬ ਦਾ ਡੇਰਾ। ਅੱਛਾ, ਸ਼ੋਅ ਕਰਾਉਂਦੇ ਨੇ, ਸੋਹਣਾ ਰੇਟ ਲਾਉਂਦੇ ਨੇ, ਇੰਝ ਹੀ ਗੱਲ ਹੈ ਜੀ? ਇਨਸ਼ਾਅੱਲਾ ਲਾ ਦਿਓ ਘੁੰਮਣ ਭਾਈ, ਫਰਿਆਦ ਅੱਗੇ ਵੀ ਰੇਟ ਹਨ। ਐਦਾਂ ਜਿਹੜੇ ਵੀਰ ਵੇਖਣਗੇ ਵੀਡੀਓ, ਫਿਰ ਮੇਰੇ ਝੋਟੀਆਂ ਦੀ ਇਨਸ਼ਾਅੱਲਾ ਵੀ ਝੋਟੀਆਂ ਸ਼ੌਂਕ ਨਾਲ ਆਉਂਦੀਆਂ ਨੇ ਅਤੇ ਸਿੱਧੀਆਂ ਪੱਧਰੀਆਂ ਝੋਟੀਆਂ ਆਉਂਦੀਆਂ ਅਤੇ ਐਦਾਂ ਰੇਟ ਮੁਨਾਸਬ ਹੋਣਗੇ। ਹੋਰ ਬੜੇ ਬੰਦੇ ਝੋਟੀਆਂ ਨਾਲ ਮੁੱਲ ਕਰਦੇ ਨੇ ਵੀਡੀਓ 'ਚ ਵੀ, ਅਤੇ ਲੇਕਿਨ ਭਰਾ ਜ਼ਰੂਰ ਦੱਸਣਗੇ ਰੇਟ ਮੁਨਾਸਬ ਨੇ। ਜ਼ਿੰਦਾਬਾਦ, ਮੁਨਾਸਬ ਵੀ ਕਰਾਂਗੇ, ਕਿਉਂਕਿ ਭਾਈ ਸ਼ਾਹ ਦੇ ਇੱਕ ਹੀ ਗੱਲ ਹੈ, ਤੁਸੀਂ ਵੀ ਸਮਝਦਾਰ ਹੋ, ਰੇਟ ਮੁਨਾਸਬ ਹੁੰਦੇ ਤਾਂ ਮਾਲ ਸੋਹਣਾ ਸੇਲ ਹੋਣਾ। ਸੇਲ ਹੁੰਦਾ, ਜੇ ਰੇਟ ਹੀ ਨਜਾਇਜ਼ ਹੁੰਦੇ ਤਾਂ ਫਿਰ ਮਾਲ ਸਹੀ ਸੇਲ ਨਹੀਂ। ਵੀਰਾਂ ਦੀ ਖਰੀਦ 'ਚ ਵੇਖਦੇ ਘੁਮਾ ਲਿਆਵਾਂਗੇ, ਜੇ ਮੁੱਲ ਟਾਇਟ ਹੋਣਗੇ ਜਾਂ ਝੂਠ ਸੱਚ ਮਾਰਾਂਗੇ ਤਾਂ ਇੱਕ ਦੋ ਵਾਰੀ ਇਤਬਾਰ ਕਰਨਾ ਕਿ ਦੁਬਾਰਾ ਨਹੀਂ ਕਰਨਾ, ਨਹੀਂ ਕਰਨਾ। ਅਤੇ ਤੁਹਾਡੇ ਸਾਹਮਣੇ 10ਵੀਂ 12ਵੀਂ ਵੀਡੀਓ ਪਾ ਖੜੀ ਹੈ, ਅੱਲਾ ਦਾ ਘੁੰਮਣਾ ਮਾਲ ਵੇਖਦਾ ਦਿਹਾੜੀ 'ਚ ਇਨਸ਼ਾਅੱਲਾ, ਅਤੇ ਅੱਲਾ ਦਾ ਕਰਮ ਹੀ ਹੈ, ਕਰੋ ਸ਼ੁਰੂ ਅੱਲਾ ਦੀ। ਜ਼ਿੰਦਾਬਾਦ ਜੀ। ਭਾਈ ਅਲਿਆਸ ਲੈ ਕੇ ਆਓ ਜੀ ਝੋਟੀ ਨੰਬਰ 1, ਇਹ ਪਹਿਲਾਂ ਨੇ ਜੀ, ਪਹਿਲਾਂ ਦੇ ਮੂੰਹ ਦੇ 6 ਦੰਦ ਜੇ ਛਿੱਗੀ। ਲਓ ਜੀ ਦੋਸਤੋ, ਚਿਹਰਾ ਦਾ ਵੇਖ ਲੈਣਾ, ਮਾਸ਼ਾਅੱਲਾ ਜੀ ਹਾਈਟ ਵੀ ਚੰਗੀ ਹੈ, ਕਾਲੀਆਂ ਅੱਖਾਂ ਨੇ। ਭਾਈ ਅਲਿਆਸ ਦਾ ਚਿਹਰਾ ਥੋੜਾ ਥੱਲੇ ਕਰਿਓ ਦਾ, ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਛਿੱਗੀ ਝੋਟੀ ਹੈ। ਸਿੰਘ ਵੀ ਦੋਸਤਾਂ ਵੇਖ ਲੈਣੇ ਨੇ, ਕਾਲੀਆਂ ਅੱਖਾਂ ਨੇ, ਦੋਵਾਂ ਅੱਖਾਂ ਦੇ ਰੰਗ ਸੇਮ। ਜਾ ਪਹਿਲੇ ਅੱਗੇ ਕਰਨਾ, ਫਿਰ ਮੱਝ ਟੋਰਨੀ, ਪਹਿਲਾਂ ਜਾ ਅੱਗੇ ਕਰੋ ਛੋਟੇ ਭਾਈ, ਪਿਆਰੇ ਭਾਈ, ਪਿੱਛੇ ਦੇ ਕੱਟੀ ਵੀ ਚੈੱਕ ਕਰਾਉਂਦੇ ਹਾਂ। ਭਾਈ ਅਲਿਆਸ ਲਵਾਇਆ ਹੋਇਆ ਚੱਕਰ, ਸਿਹਤ ਵੀ ਅੱਛੀ। ਝੋਟੀ ਨੰਬਰ 1 ਮਾਸ਼ਾਅੱਲਾ ਜੀ, ਪਹਿਲਾਂ ਝੋਟੀ ਹੈ, ਮੂੰਹ ਦੀ ਛਿੱਗੀ। ਭਾਈ ਸ਼ਾਹ ਕਿਦਾਂ ਦੀ ਸੂਈ ਹੈ? ਤੀਸਰਾ ਦਿਨ ਫਿਲਹਾਲ ਬੋਲੇ ਤੇ ਲਾਈਓ ਲੰਮੀ ਟੋਰੋ ਜ਼ਰਾ। ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਲਿਬਾਸ ਦਾ ਵੇਖ ਲੈਣੇ, ਪੁੱਠਾ ਵੀ ਇਹਦਾ ਚੈੱਕ ਕਰਨਾ ਮਾਸ਼ਾਅੱਲਾ ਜੀ। ਪੀਂਦੋ ਪਾਣੀ, ਗਰਮੀ ਬੜੀ ਹੈ, ਪਿਆਸ ਇਨਸਾਨਾਂ ਨੂੰ ਵਾਰ ਵਾਰ ਲੱਗਦੀ ਵੀ ਕੁਛ ਨਹੀਂ ਪੀਂਦੋ ਜਾਨਵਰ ਹੈ। ਹੋਏ ਦੋਸਤੋ, ਇਹ ਚੈੱਕ ਕਰ ਲਓ ਮਾਸ਼ਾਅੱਲਾ, ਥਣਵੀਆਂ ਤੇ ਵੇਖ ਲੈਣੇ ਨੇ। ਭਾਈ ਸ਼ਾਹਦ ਫੁਸ਼ਲ ਜ਼ਰਾ ਸਾਈਡ ਤੇ ਕਰੋ, ਥਣ ਚੈੱਕ ਕਰਾਈ, ਸੋਹਣੀ ਚੁਆਈ ਪਸਮਾ ਹੋਏਗੀ ਲਾ ਦੋ ਕਨਵਾ ਸੀ ਸਭ ਝੋਟੀ ਹੈ। 3 ਕੁ ਦਿਨ ਹੋ ਗਏ ਨੇ ਮੂੰਹ ਦੀ ਛਿੱਗੀ, ਇਹ ਪਹਿਲਾ ਸੂਆ ਸੂਈ ਹੈ। ਝੋਟੀ ਨੰਬਰ 1 ਕਿੰਨਾ ਬੋਲਾ ਦਿੰਦੀ ਹੈ ਬਈ? ਇਹ ਬੋਲਾ ਦੇ ਕੋਈ 10 ਲੀਟਰ ਦੇ। ਇਹ ਬੱਚੇ ਸਮੇਤ ਹੀ? ਸਮੇਤ ਬੱਚੇ, ਸਮੇਤ ਬੱਚੇ, ਪਿੱਛੇ ਤੇ ਕੱਟੀ ਹੈ। ਇਹ ਚੈੱਕ ਕਰੋ ਜੀ, ਕੱਟੀ ਵੀ ਦੋਸਤਾਂ ਵੇਖ ਲੈਣੀ ਹੈ। ਪਿਆਰੇ ਭਾਈ ਜ਼ਰਾ ਸਿੱਧੀ ਕਰੋ, ਨਾਂ ਕੀ ਸੀ ਆਪਣਾ? ਅਕਮਲ। ਅਕਮਲ ਸਾਹਿਬ, ਇਹ ਚੈੱਕ ਕਰੋ ਜੀ, ਅਕਮਲ ਸਾਹਿਬ ਵੀ ਆ ਗਏ ਨੇ, ਕਾਫੀ ਦਿਨਾਂ ਤੋਂ ਗਹਿਰਾ ਜ਼ਰ ਹਨ। ਪਿੱਛੇ ਤੇ ਕੱਟੀ ਦੋਸਤਾਂ ਵੀ ਵੇਖ ਲੈਣੀ ਹੈ। ਝੋਟੀ ਨੰਬਰ 1 ਥਨ ਦੋਸਤਾਂ ਫਿਰ ਵੇਖਣੇ ਨੇ, ਮੂੰਹ ਦੀ ਛਿੱਗੀ, ਪੁੱਠਾ ਵੀ ਦੋਸਤਾਂ ਵੇਖਣਾ, 10 ਕਿਲੋ ਫਿਲਹਾਲ ਬੋਲਿਆ ਜੀ। ਦੋਵਾਂ ਟਾਈਮਾਂ ਦਾ ਟੋਟਲ ਯਾਨੀ ਬੱਚੇ ਸਮੇਤ ਥਨ ਦੋਸਤਾਂ ਫਿਰ ਵੇਖਣੇ ਨੇ। ਇਹ ਚੈੱਕ ਕਰੋ ਜੀ, ਸੋਹਣੀਆਂ ਵਿਰਲਾਂ 'ਤੇ ਲੱਗੇ ਨੇ, ਖਿਲਾਰਿਓ ਭਾਈ ਅਲਿਆਸ। ਇਹ ਚੈੱਕ ਕਰੋ ਜੀ, ਧੁੰਨੀ ਵੀ ਦੋਸਤਾਂ ਵੇਖ ਲੈਣੀ ਹੈ, ਥਣ ਵੀ ਚੈੱਕ ਕਰਨੇ ਨੇ। ਇਹ ਚੈੱਕ ਕਰ ਲਓ ਜੀ, ਠੀਕ ਹੈ ਭਾਈ, ਲਵਾਓ ਜੀ ਚੱਕਰ, ਠੀਕ ਹੈ ਭਾਈ ਜਾਨ। ਲਓ ਜੀ ਦੋਸਤੋ, ਝੋਟੀ ਨੰਬਰ 1 ਮੁਕੰਮਲ ਤਸੱਲੀ ਕਰਾ ਦਿੱਤੀ ਹੈ, ਥਣ ਵੀ ਸੋਹਣੇ ਲੱਗੇ ਨੇ, ਮੂੰਹ ਦੀ ਛਿੱਗੀ, ਪਹਿਲਾ ਸੂਆ ਸੂਈ ਹੈ। 3 ਕੁ ਦਿਨ ਹੋ ਗਏ ਨੇ, ਪੁੱਠਾ ਦੋਸਤਾਂ ਫਿਰ ਵੇਖ ਲੈਣਾ, ਹੱਡੀ ਚੈੱਕ ਕਰਨੀ ਹੈ, ਪਿੱਛੇ ਦੇ ਕੱਟੀ ਦੋਸਤਾਂ ਨੂੰ ਵੀ ਚੈੱਕ ਕਰਾਈ ਹੈ, ਥਣ ਵੀ ਦੋਸਤਾਂ ਵੇਖਣੇ ਨੇ। ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਜੀ ਭਾਈ ਸ਼ਾਹ ਝੋਟੀ ਨੰਬਰ 1 ਦਾ ਰੇਟ ਸੋਹਣਾ ਜੀ। ਭਾਈ ਫਰਿਆਦ ਬਿਸਮ ਦਾ ਪੜ੍ਹ ਕੇ ਰੇਟ ਦਾ ਲਾਉਣਾ, ਪਹਿਲਾ ਰੇਟ ਪਹਿਲੀ ਝੋਟੀ ਦਾ ਵੇਖੋ, ਤੋ ਦੱਸਿਆ 10 ਲੀਟਰ ਬੋਲਾ, ਅੱਲਾ ਤੋ 10 ਹੀ ਹੋਣ ਲੱਗਾ, 9 ਵੀ ਨਹੀਂ ਹੋਣ ਲੱਗਾ।
ਤੇ ਜੇ ਅੱਟਾਂ ਸੁੱਟ ਕੇ ਝੋਟੀ ਦੋ 15-16 ਸੇ ਨਾ ਕਰੇ ਤੇ ਮੈਂ ਜ਼ਿੰਮੇਵਾਰ ਹੋਵਾਂਗਾ ਲਾਦੋ ਕੰਮ ਨਾਲ, ਉਮੀਦ ਲਾਦੇ ਘਰ ਦੀ ਕਰੇਗੀ। ਤੇ ਰੇਟ ਇਹਦਾ 2,85,000 ਰੁਪਈਆ ਜੇ 2,85,000। ਅੱਜ ਦੀ ਵੀਡੀਓ ਦੀ ਹੀਰੋ ਮਹਿੰਗੀ ਹੈ ਜੀ, ਮਹਿੰਗੀ ਹੈ ਜੀ ਦੋਸਤੋ। ਕੀਮਤ ਡਿਮਾਂਡ 2,85,000 ਛਿੱਗੀ ਝੋਟੀ ਹੈ, ਪਹਿਲਾਂ ਸੂਆ ਸੂਈ ਹੈ। ਇਹ ਪੁੱਠਾ ਦੋਸਤਾਂ ਫਿਰ ਵੇਖ ਲੈਣਾ, ਡੀ ਚੈੱਕ ਕਰਨੀ ਹੈ, 3 ਕੁ ਦਿਨ ਹੋ ਗਏ ਨੇ। 14 ਕਿਲੋ ਵੀ ਦੱਸਣੇ ਫਿਰ ਵੇਖ ਲੈਣੇ ਨੇ। ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਤੇ ਧੁਨੀ ਦਾ ਵੀ ਨਿਸ਼ਾਨ ਹੀ ਹੈ, ਧੁਨੀ ਵੀ ਦੋਸਤਾਂ ਵੇਖ ਲੈਣੀ ਹੈ। ਝੋਟੀ ਨੰਬਰ 1 ਅੱਗੇ ਭਾਈ ਜਾਣ ਲਿਆਵੋ ਜੀ। ਕਿੰਨਵਾਂ ਸੂਆ ਹੈ ਭਾਈ ਸ਼ਾਹਦ? ਇਹਦਾ ਦੂਜਾ ਸੂਆ ਜੇ, ਦੂਸਰਾ। ਬਿੱਲੀਆਂ ਅੱਖਾਂ ਨੇ, ਦੋਵਾਂ ਅੱਖਾਂ ਦੀ ਰੰਗਾ ਸੇਮ ਨੇ। ਇੱਕ ਸਿੰਘ ਦੀ ਖੂਨਟੀ ਕਹਿੰਦੀ ਲੱਥੀ, ਹਾਂਜੀ ਥੋੜ੍ਹੀ ਜਿਹੀ ਖੂਨ ਵੀ ਲੱਥੀ ਹੈ, ਉਹਦਾ ਕੋਈ ਉਹਦਾ ਇਸ਼ੂ ਨਹੀਂ। ਠੀਕ ਹੈ, ਬੱਗੀ ਮੁੱਛ, ਬਿੱਲੀਆਂ ਅੱਖਾਂ, ਇਹ ਕੋਲੀ ਵੀ ਦੋਸਤਾਂ ਵੇਖਣੀ ਹੈ ਮਾਸ਼ਾਅੱਲਾ ਜੀ। ਸਿਹਤ ਅੱਛੀ ਹੈ, ਕੋਈ ਗੱਲਬਾਤ ਨਹੀਂ। ਠੀਕ ਹੈ ਦੋਸਤ, ਆਹ ਚੈੱਕ ਕਰੋ, ਬਰੀਕ ਚਮੜੀ ਹੈ, ਨਾੜਾਂ ਨਜ਼ਰ ਆਉਂਦੀਆਂ ਨੇ ਪਿਆ, ਚੈੱਕ ਕਰੋ ਜੀ। ਚਮੜੀ ਬਰੀਕ ਹੈ ਅਤੇ ਨਾੜਾਂ ਨਜ਼ਰ ਆਉਂਦੀਆਂ ਨੇ ਪਈਆਂ ਦੋਸਤਾਂ ਨੇ। ਲਿਬਾਸ ਵੀ ਉਹਦਾ ਵੇਖ ਲੈਣਾ, ਸਿਹਤ ਅੱਛੀ ਹੈ। ਟੋਰ ਦੋਸਤਾਂ ਚੈੱਕ ਕਰਨੀ ਹੈ ਮਾਸ਼ਾਅੱਲਾ, ਆਹ ਚੈੱਕ ਕਰੋ ਜੀ। ਲਿਬਾਸ ਦੋਸਤਾਂ ਵੇਖਣਾ, ਟੋਰੋ ਭਾਈ ਜਾਨ, ਚੀਜ਼ ਅੱਛੀ, ਜ਼ਰਾ ਸੋਹਣੀ ਟੋਰੋ। ਕਿੰਨਵਾਂ ਦੂਸਰਾ ਸੂਆ ਅਤੇ ਕਿਦਨ ਦੀ ਸੂਈ ਹੈ? ਇਹਨੂੰ ਸੂਈ ਨੂੰ ਅੱਜ ਕੋਈ 6-7 ਦਿਨ ਹੋ ਗਏ ਜੀ। 6-7 ਦਿਨ ਹੋ ਗਏ ਨੇ ਪਿੱਛੇ ਜਾ ਕੇ ਕੱਟੀ ਭਾਈ, ਇੱਕ ਮਿੰਟ ਕੱਟੀ ਦਾ ਚਿਹਰਾ ਸਮ, ਬੱਗੀ ਮੋਚ ਉਹਦੀ ਤੇ ਬੱਗੀ ਮੋਚ ਕੱਟੀ ਦੀ ਜੀ। ਬਿਲਕੁਲ ਜੀ, ਇਹ ਚੈੱਕ ਕਰੋ ਜੀ, ਕੱਟੀ ਵੀ ਦੋਸਤਾਂ ਵੇਖ ਲੈਣੀ ਹੈ ਮਾਸ਼ਾਅੱਲਾ ਜੀ। ਦਿਨ ਕਿੰਨੇ ਦੱਸੇ? 7 ਦਿਨ ਹੋਏ ਸੂਈ ਨੂੰ। 7 ਦਿਨ, ਠੀਕ। ਲੋਏ ਦੋਸਤੋ, ਕੋਲੀ ਵੀ ਦੀ ਵੇਖ ਲੈਣੀ ਹੈ, ਝੋਟੀ ਨੰਬਰ 2 ਖਿਲਾ ਰਿਹਾ ਭਾਈ ਇੱਥੇ। ਇਹ ਚੈੱਕ ਕਰੋ, ਥੋੜ੍ਹੀ ਆਰਾਮ ਕਰਿਓ, ਅਤੇ ਧੁਨੀ ਦਾ ਵੀ ਨਿਸ਼ਾਨ ਹੈ, ਥਾਣੀ ਵੀ ਮੈਂ ਦੋਸਤਾਂ ਨੂੰ ਚੈੱਕ ਕਰਾਉਣਾ। ਇਹ ਚੈੱਕ ਕਰੋ ਜੀ, 7ਵਾਂ ਦਿਨ ਤੁਹਾਨੂੰ ਦੋਸਤਾਂ ਵੇਖ ਲੈਣਾ। ਕਿੰਨਾ ਦੁੱਧ ਇਹਦੇ ਕੋਲ? ਇਹਦੇ ਕੋਲ 12 ਲੀਟਰ 12 ਲੀਟਰ ਹਾਂਜੀ। ਤੋਰੋ ਭਾਈ ਜਾਨ, ਇਹ ਟੋਟਲ ਟੋਟਲ ਹਾਂਜੀ ਤੋਰਿਓ। ਲੋਏ ਦੋਸਤੋ, ਝੋਟੀ ਨੰਬਰ 2 ਵੇ, ਪੁੱਠਾ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ। ਲਿਬਾਸ ਫਿਰ ਚੈੱਕ ਕਰਨਾ ਜੀ, 12 ਲੀਟਰ ਦੋਵਾਂ ਟਾਈਮਾਂ ਦਾ ਟੋਟਲ, ਯਾਨੀ ਬੱਚੇ ਸਮੇਤ ਪਿੱਛੇ ਦੇ ਕੱਟੀ ਹੈ ਭਾਈ। ਅਕਮਲ ਜਾ ਅੱਗੇ ਕਰਨਾ, ਮਿਹਰਬਾਨੀ ਤੁਹਾਡੀ ਜੇ ਤੁਸੀਂ ਆ ਗਏ ਹੋ ਤਾਂ ਜ਼ਰਾ ਫੋਕਸ ਰੱਖੋ ਵੀਡੀਓ 'ਤੇ। ਲੋਏ ਦੋਸਤਾਂ ਚੈੱਕ ਕਰ, ਪੁੱਠਾ ਵੀ ਦੋਸਤਾਂ ਵੇਖ ਲੈਣਾ। ਸਾਈਡ ਤੋਂ ਹੀ ਮਲਕ ਸਾਹਿਬ, ਤੁਹਾਨੂੰ ਸਾਈਡ ਤੋਂ ਹੀ ਚੈੱਕ ਕਰਾਇਆ ਕਰੋ। ਅੱਛਾ ਜੀ, ਲੋਏ ਦੋਸਤ ਆਹ ਚੈੱਕ ਕਰੋ ਜੀ, ਮਲਕ ਸਾਹਿਬ ਮੋਸਟ ਸੀਨੀਅਰ ਨੇ ਸਾਡੇ ਨਾਲ। ਸਰ ਮਿਹਰਬਾਨੀ ਤੁਹਾਡੀ ਜਨਾਬ। ਲੋਏ ਦੋਸਤੋ, ਥਾਣਾ ਦੇ ਫਿਰ ਵੇਖ ਲੈਣੇ ਨੇ, ਅਤੇ ਧੁਨੀ ਦਾ ਵੀ ਨਿਸ਼ਾਨ ਆ, ਚੈੱਕ ਕਰੋ ਜੀ। 12 ਕਿਲੋ ਦੁੱਧ ਹੈ ਜੀ, ਦੋਵਾਂ ਟਾਈਮਾਂ ਦਾ ਟੋਟਲ। ਜੀ ਭਾਈ ਸ਼ਾਹਦ, ਝੋਟੀ ਨੰਬਰ 2 ਦਾ ਰੇਟ? ਭਾਈ ਫਿਰ ਇਹਦਾ ਰੇਟ ਮੁਨਾਸਬ ਲਾਦੋ ਘੁੰਮ ਨਾਲ, 2,80,000 ਰੁਪਈਆ। 2,80,000 ਰੁਪਈਆ ਜੀ ਮੇਰੇ ਵੀਰ, ਤਾਂ ਸਾਨੂੰ ਰੇਟ ਮੁਨਾਸਬ ਹੈ ਜਾਂਦੇ, ਕੱਚੀਆਂ ਝੋਟੀਆਂ ਨੇ ਜੀ ਇਹ। ਲਾਦੋ ਘੁੰਮ ਨਾਲ 16-17 ਕਿਲੋ, ਤਾਂ ਕੋਈ ਝੋਟੀ ਮੱਠੀ ਨਿਕਲਣ ਲੱਗੀ ਇਹਨਾਂ ਨੂੰ। ਠੀਕ ਹੈ, ਲੋਏ ਦੋਸਤੋ, ਨੰਬਰ 2 ਤੇ ਚੈੱਕ ਕਰਾਈਏ, ਕੀਮਤ ਡਿਮਾਂਡ 2,80,000 ਚਮੜੀ ਦੋਸਤਾਂ ਫਿਰ ਵੇਖਣੀ। ਇਹ ਚੈੱਕ ਕਰੋ ਜੀ, ਅੱਗੇ ਆ ਗਈ ਜੀ ਨੰਬਰ 3 ਤੇ। ਟੋਰੋ ਬਾਈ, ਲੋਏ ਦੋਸਤੋ, ਅੱਗੇ ਆ ਗਈ ਜੀ ਨੰਬਰ 3 ਤੇ। ਕਿੰਨਵਾਂ ਸੂਆ ਸੂਈ ਹੈ? ਇਹ ਸੂਆ ਸੂਈ ਜੇ ਲੈਦੋ ਘੁੰਮਣਾ, ਤੀਸਰਾ ਹੁਣ। ਤੀਸਰਾ ਮੱਝ ਨੰਬਰ 3 ਤੇ ਸੂਆ ਵੀ ਤੀਸਰਾ, ਤੀਸਰਾ ਸੂਆ ਸੂਈ ਹੈ। ਕੁਛ ਦੋਸਤ ਸਾਡੇ, ਕੁਛ ਦੋਸਤ ਜਿਹੜੇ ਵੀਡੀਓ ਵੇਖਦੇ ਨੇ, ਮੁਅੱਜ਼ਜ਼ ਦੋਸਤ ਨੇ, ਉਹ ਵੀ ਕਮੈਂਟ ਕਰਦੇ ਨੇ ਕਿ ਵਪਾਰੀਆਂ ਦਾ ਮਾਲ ਜ਼ਿਆਦਾ ਦੂਸਰੇ ਸੂਏ ਹੁੰਦਾ। ਇਹ ਚੈੱਕ ਕਰੋ ਜੀ, ਨੰਬਰ 3 ਤੇ ਚੈੱਕ ਕਰਾਈਏ, ਤੀਸਰਾ ਸੂਆ ਭਾਈ ਯਾਰ, ਤੀਸਰਾ ਹੀ ਦੱਸਿਆ। ਪੁੱਠਾ ਵੀ ਦੋਸਤਾਂ ਵੇਖ ਲੈਣਾ, ਦਿਨ ਥੱਲੇ ਰੂਦੀ ਤੇ ਅਸੀਂ ਜੂ ਦੀ ਨਸਲੀ ਝੋਟੀ ਹੈ। ਦਿਨ ਕਿੰਨੇ ਕੁ ਹੋ ਗਏ ਨੇ ਸੂਆ? ਦਿਨ ਹੋ ਗਏ ਇਹਨੂੰ ਕੋਈ 7 ਕੁ ਦਿਨ, 6-7 ਦਿਨ ਇਹਨੂੰ ਹੋਏ ਜੇ। ਪਿੱਛੇ ਜਾ ਕੇ ਕੱਟਾ ਕੱਟਾ ਜੇ ਪਿੱਛੇ, ਹਾਂਜੀ ਖਿਲਾਰ ਭਾਈ ਲਿਆਸ ਉੱਥੇ। ਇਹ ਚੈੱਕ ਕਰੋ ਜੀ, ਪਿੱਛੇ ਦੇ ਕੱਟਾ ਕੱਟਾ ਵੀ ਦੋਸਤਾਂ ਵੇਖ ਲੈਣਾ, 6-7 ਦਿਨ ਹੋ ਗਏ ਨੇ, ਕਾਲੀਆਂ ਅੱਖਾਂ ਨੇ। ਇਹ ਚੈੱਕ ਕਰੋ ਜੀ, ਜਸਾਮਤ ਵੀ ਦੋਸਤਾਂ ਵੇਖ ਲੈਣੀ ਹੈ। ਪੁੱਛਾ ਦੇਖੋ, ਦਮਿੰਦਰ ਹੁੰਦੀ ਹੈ ਬਾਈ। ਲੋਏ ਦੋਸਤੋ, ਥਾਣੀ ਦੇ ਵਿੱਚ ਸਮਾਨ ਮੋਟੀ ਚੋਈ। ਕਿੰਨਾ ਦੁੱਧ ਇਹਦੇ ਕੋਲ? ਇੱਕ ਦੁੱਧ ਕੋਈ 10-11 ਲੀਟਰ ਜੇ। 10-11 ਲੀਟਰ, ਤੁਸੀਂ 10 ਹੀ ਲਾਓ। ਠੀਕ ਹੈ, ਟੋਟਲ ਹੀ? ਹਾਂਜੀ ਟੋਟਲ, ਬੱਚੇ ਸਮੇਤ? ਬੱਚੇ ਸਮੇਤ। ਠੀਕ,
ਹੋਏ ਦੋਸਤੋ ਟੋਟਲ ਯਾਨੀ ਬੱਚੇ ਸਮੇਤ ਹੀ ਚਮੜੀ ਵੀ ਚੈੱਕ ਕਰਾਇਆ ਕਰੋ ਹਾਂ ਭਾਈ ਵੇਖੋ ਬਰੀਕ ਦੀ ਚੱਲ ਇਹਦੇ ਕੋਈ ਨਾੜਾ ਨਜ਼ਰ ਆਉਂਦੀਆਂ ਕੋਈ ਕੋਈ ਨਹੀਂ ਮੋਟੇ ਚਾਹ ਵਾਲਾ ਮਾਲ ਕੋਈ ਨਹੀਂ ਲਿਆਉਂਦਾ ਠੀਕ ਹੈ ਟੋਰੋ ਭਾਈ ਜਾਨ ਨੰਬਰ 3 ਦੇ ਚੈੱਕ ਕਰਾਉਂਦੇ ਹਾਂ ਵੀ ਜੀ ਤੀਸਰਾ ਹੀ ਸੂਆ ਅਤੇ 6-7 ਦਿਨ ਹੋ ਗਏ ਨੇ ਪਿੱਛੇ ਦੇ ਕੱਟਾ ਦੋਸਤਾਂ ਨੂੰ ਵੀ ਚੈੱਕ ਕਰਾਇਆ ਜੀ ਇਹ 10-11 ਕਿਲੋ ਦੁੱਧ ਹੈ ਲੇਕਿਨ 10 ਕਿਲੋ ਦੀ ਗਰੰਟੀ ਹੈ ਤੁਹਾਨੂੰ ਦੋਸਤਾਂ ਫਿਰ ਵੇਖ ਲੈਣੇ ਨੇ ਜੀ ਮੱਝ ਨੰਬਰ 3 ਮਲਕ ਸਾਹਿਬ ਕਰਾਵਾਂ ਤੁਹਾਨੂੰ ਜ਼ਰਾ ਤਲੀਮ ਚੈੱਕ ਲਓ ਸਰ ਆਓ ਲਓ ਜੀ ਦੋਸਤ ਇਹ ਚੈੱਕ ਕਰੋ ਜੀ ਤੁਹਾਨੂੰ ਜ਼ਰਾ ਦੋਸਤਾਂ ਫਿਰ ਵੇਖ ਲੈਣੇ ਨੇ ਅਤੇ ਧੁੰਨੀ ਵੇਖ ਲੈਣੀ ਦੋਸਤਾਂ ਤੁਹਾਨੂੰ ਫਿਰ ਚੈੱਕ ਕਰਨੇ ਨੇ ਅਤੇ ਪਿੱਛੇ ਦੇ ਕੱਟਾ ਇਹ ਚੈੱਕ ਕਰ ਲਓ ਜੀ ਭਾਈ ਸ਼ਾਹਦ ਮੱਝ ਨੰਬਰ 3 ਦਾ ਰੇਟ ਅੱਲਾ ਤੋਂ ਘੁੰਮਣਾ ਰੇਟ ਹੈ ਇਹਦੇ ਮੁਨਾਸਬ ਹੋਏਗਾ 2,05,000 ਰੁਪਈਆ ਹੋਏਗਾ ਦੋ ਲੱਖ ਪੰਜ ਹਜ਼ਾਰ ਹਾਂਜੀ ਠੀਕ ਹੈ ਮੁਨਾਸਬ ਰੇਟ ਅੱਲਾ ਤੋਂ ਘੁੰਮਣਾ ਲੱਗੇ ਨੇ ਲੋ ਜੀ ਦੋਸਤੋ 2,00,000 ਅਤੇ 5,000 ਇਹਨੂੰ ਥੱਲੇ ਨੂੰ ਲਵਾ ਲਓ ਚੱਕਰ ਪਰਾਂ ਨੂੰ ਅੱਗੇ ਆ ਗਈ ਜੀ ਪਹਿਲਵਾਨ ਚੀਜ਼ ਅੱਜ ਦੀ ਵੀਡੀਓ ਦੀ ਇਹ ਚੰਗੀ ਜਸਾਮਤ ਵਾਲਾ ਜਾਨਵਰ ਹੈ ਮਾਸ਼ਾਅੱਲਾ ਵੱਡੀ ਜਸਾਮਤ ਹੈ ਲਿਬਾਸ ਵੀ ਦੋਸਤਾਂ ਵੇਖਣਾ ਕਿਨਵਾਂ ਸੁਆ ਦਾ ਇਹਦਾ ਸੁਆ ਤੀਸਰਾ ਖਿਲਾ ਰਿਹਾ ਭਾਈ ਇੱਥੇ ਚਿਹਰਾ ਸਾਹਮਣੇ ਕਰਿਓ ਜੀ ਇਹ ਚੈੱਕ ਕਰੋ ਜੀ ਸੋਹਣੇ ਥਣ ਸੋਹਣਾ ਲਿਬਾਸ ਚਿਹਰਾ ਦੋਸਤਾਂ ਵੇਖ ਲੈਣਾ ਕਾਲੀਆਂ ਅੱਖਾਂ ਨੇ ਦੋਵਾਂ ਅੱਖਾਂ ਦੀ ਰੰਗ ਸੇਮ ਤੀਸਰਾ ਸੁਆ ਨੰਬਰ 4 ਤੇ ਚੈੱਕ ਕਰਾਉਂਦੇ ਆਪੇ ਭਾਈ ਲਿਆਸ ਥੋੜ੍ਹੀ ਅੱਗੇ ਆ ਤੀਸਰਾ ਦਿਨ ਨੇ ਫਿਲਹਾਲ ਬੋਲੇ ਤੇ ਤੀਸਰਾ ਸੁਆ ਸੂਈ ਹੈ ਮੱਝ ਨੰਬਰ 4 ਪੁੱਠਾ ਵੀ ਦੋਸਤਾਂ ਫਿਰਾ ਦਾ ਸੁਆ ਵੀ ਤੀਸਰਾ ਠੀਕ ਹੈ ਕਿੰਨਾ ਬੋਲਾ ਦਿੰਦੀ ਹੈ ਵੀ ਇਹ ਬੋਲਾ 10 ਲੀਟਰ ਜੇ ਤੇ ਕਸਟਮ 10 ਲੀਟਰ ਬੱਚੇ ਸਮੇਤ ਹੀ ਸਮੇਤ ਬੱਚੇ ਹਾਂਜੀ ਕੀ ਪਿੱਛੇ ਜਾ ਇਹ ਕੱਚੀ ਘੱਟਾ ਜਮਾ ਵਗੈਰਾ ਦੇ ਤੇ 10-11 ਲੀਟਰ ਹੋ ਸਕਦਾ ਹੈ ਲਦੋਕਮ ਨਾਲ ਤੇ ਜਿਹੜੀ ਗੱਲ ਉਹ ਦੱਸਾਂਗੇ ਲਦੋਕਮ ਹੋਰ ਭਾਈ ਜਾਨ ਲੋ ਦੋਸਤੋ ਚਿਹਰਾ ਇੱਕ ਦਫਾ ਫਿਰ ਵੇਖ ਲੈਣਾ ਜੀ ਮੱਝ ਨੰਬਰ 4 ਤੀਸਰਾ ਦਿਨ ਨੇ ਤੀਸਰਾ ਹੀ ਸੁਆ ਸੂਈ ਹੈ ਥਾਂ ਜਿੰਨੀ ਕ ਸੇਧ 8 ਮਨ ਤੋਂ ਹੁੰਜੇ ਇਹ ਚੈੱਕ ਕਰੋ ਚੰਗੀ ਸੇਧ ਮਾਸ਼ਾਅੱਲਾ ਥਾਂ ਵੀ ਦੋਸਤਾਂ ਵੇਖ ਲੈਣੇ ਨੇ ਪੁੱਠਾ ਵੀ ਚੈੱਕ ਕਰਨਾ ਜੀ ਫਿਲਹਾਲ ਬੋਲੇ ਤੇ ਅੱਟਾਂ ਵਾਲੇ ਸੁੱਟੇ ਦੀ ਕਿ ਸੁੱਟਲੀਆਂ ਤੂੰ ਅੱਟਾਂ ਸੁੱਟਦੀਆਂ ਜੀ ਠੀਕ ਹੈ ਆ ਤੀਸਰਾ ਦਿਨ ਸੂਈ ਨਾ ਟੱਕ ਦੇ ਸੁੱਟ ਲੈਣੀ ਠੀਕ ਹੈ ਇਹ ਚੈੱਕ ਕਰੋ ਜੀ ਭਾਈ ਸ਼ਾਹਦ ਇਹ ਮੱਝ ਨੰਬਰ 4 ਦਾ ਰੇਟ ਭਾਈ ਫਰਿਆਦ ਦਾ ਰੇਟ ਮੁਨਾਸਬ ਹੈ 2,45,000 ਰੁਪਈਆ 2,45,000 ਹੋਰ ਵੀਰ ਕਹਿੰਦੇ 3,00,000 ਮੁੱਲ ਕਰਨਾ ਸੀ ਤੇ ਲੇਕਿਨ ਸਾਨੂੰ ਜਾਇਜ਼ ਲੱਭੀ ਹੈ ਤੇ ਜਾਇਜ਼ ਰੋਦੀ ਅੱਲਾ ਜਾਨ ਦਾ ਰੱਖਿਆ ਤਾਂ ਰੇਟ ਕੀਤਾ ਤੇ ਭਰਾ ਵੇਖਣ ਤੇ ਗੁੰਮ ਵੇਚੀਏ ਤੇ ਮਾਲ ਹੋਰ ਲਿਆ ਜ਼ਿੰਦਾਬਾਦ ਇਹ ਚੱਕ ਮੱਝਾਂ ਦੇ ਦੋਸਤਾਂ ਫਿਰ ਵੇਖਣੀ ਹੈ ਮਾਸ਼ਾਅੱਲਾ ਜੀ ਚੀਜ਼ ਦੋਸਤਾਂ ਵੇਖ ਲੈਣੀ ਹੈ ਵੱਡੀ ਜਸਾਮਤ ਲਈ ਕੀਮਤ ਡਿਮਾਂਡ 2,45,000 ਥਣ ਵੀ ਦੋਸਤਾਂ ਵੇਖਣੇ ਨੇ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਸੋਹਣੇ ਥਣ ਲੱਗੇ ਨੇ ਸੋਹਣੀਆਂ ਵਿਰਲਾਂ ਤੇ ਕੀਮਤ ਡਿਮਾਂਡ 2,45,000 ਤਾਜ਼ੀ ਸੋਈਏ ਫਿਲਹਾਲ ਬੋਲੇ ਤੇ ਵੇ ਤੇ ਚਿਹਰਾ ਵੀ ਦੋਸਤਾਂ ਵੇਖ ਲੈਣਾ ਅੱਗੇ ਭਾਈ ਲਿਆਸ ਲਿਆਓ ਜੀ ਗਾਂ ਨੰਬਰ 1 ਜਰਸੀ ਭਾਈ ਫਿਰ ਸਿੰਧਣ ਝੋਟੀ ਹੈ ਹਾਂਜੀ ਜਰਸੀ ਜੜੀ ਜੀ ਬਿਲਕੁਲ ਗਰਮੀ ਅੱਜ ਕਾਫੀ ਹੈ ਭਾਈ ਸ਼ਾਹਦ ਹਾਂਜੀ ਗਰਮੀ ਤੇ ਮਤ ਮਾਰੀ ਹੈ ਪੂਰੀ ਕਾਲੇ ਰੰਗ 'ਚ ਹਾਂਜੀ ਕਾਲੀ ਵੱਛੀ ਜੇ ਮਗਰ ਵੇਖੋ ਪਿੱਛੇ ਹੀ ਵੱਛੀ 7,000 ਦਾ ਟੀਕਾ ਰਹਾਇਆ ਟੀਕੇ ਦੀ ਵੱਛੀ ਜੇ ਠੀਕ ਆਹ ਚੈੱਕ ਕਰੋ ਜੀ ਖਿਲਾਰੋ ਭਾਈ ਜਾਨ ਇਹ ਲਿਆਂਦੀ ਵੀ ਮੇਰੇ ਨਾਲ ਫਾਰਮ ਤੋਂ ਹੈ ਤੁਸੀਂ ਹਾਂਜੀ ਫਾਰਮ ਤੋਂ ਆਈ ਜੇ ਆਹੋ ਪੂਰੀ ਫਰਮੈਸ਼ੀ ਦਾ ਭਾਈ ਲਿਆਸ ਦੀ ਮਿਹਨਤ ਹੈ ਹਾਂਜੀ ਤੇ ਬੱਚਾ ਇਹਦੀ ਲਾਹ ਦੋਨਾਂ ਕਢਵਾਈ ਆ ਫੀਮੇਲ ਕੋਈ ਸੀ ਉਹਦਾ ਫਾਰਮ ਸੀ ਹਾਂਜੀ ਹੈ ਤੇ ਭਾਈ ਲਿਆਸ ਦਾ ਕੋਈ ਤਲਕ ਹੈ ਜਾਂ ਸ਼ਾਇਦ ਜੀ ਮਨੂ ਛੇ ਤਾਲੇ ਫਾਰਮ ਚੋਂ ਆਈ ਹੈ ਭਾਈ ਫਰਿਆਦ ਗਲਤ ਗੱਲ ਨਹੀਂ ਕਰਨੀ ਤੇ ਆਹ ਫਰਾਂ ਸੰਟਿੰਗੇ ਥਾਂਦੀ ਏ ਇਹ ਮਨੂ ਛੇ ਤੇ ਫਾਰਮ ਹੈ ਉਥੋਂ ਦਾ ਹੀ ਲਿਆਸਾ ਬਣਾ ਨੇ ਤੇ ਪਿੱਛੇ ਬੱਚੀ ਜੋ ਨਾ ਖੇ ਟੀਕਾ ਰਹਾਇਆ ਜੇ ਬੱਚੀ ਨਾ ਵੜੀ ਤੇ ਇਸ ਜ਼ਿੰਮੇਦਾਰ ਹੋਵਾਂਗੇ ਮੈਂ ਚੈੱਕ ਕਰਾਂ ਪਿੱਛੇ ਦੇ ਬੱਚੀ ਪਿਛਲੀ ਚੀਜ਼ ਦੋਸਤਾਂ ਵੇਖਣੀ 7,000 ਦਾ ਟੀਕਾ ਲੱਗਾ ਸੈਕਸ ਸਿਮਨ ਦੀ ਬੱਚੀ ਹੈ ਬੱਚੀ ਤੇ ਵੈੜੀ ਵੀ 6 ਦੰਦ ਦੀ ਠੀਕ ਹੈ ਮੂੰਹ ਦੀ ਛਿੱਕੀ ਪਹਿਲਾ ਸੁਆ ਸੂਈ ਹੈ ਪਹਿਲਾ ਸੁਆ ਹਾਂਜੀ ਠੀਕ ਹੈ ਥਣ ਵੀ ਦੋਸਤਾਂ ਵੇਖਣੇ ਨੇ ਪਹਿਲਾਂ ਵੈੜ ਕਿਦਨ ਦੀ ਸੂਈ ਹੈ ਇਹ ਸੂਈ ਨਾ ਜੇ ਦੂਸਰੀ ਚੁਵਾਈ ਦੀ ਕੀਤੀ ਜੇ ਦੂਸਰੀ ਚੁਵਾਈ ਦੋ ਚੁਵਾਈਆਂ ਹੋਈਆਂ ਨੇ ਤਾਂ ਸੂਈ ਦੋ ਚੁਵਾਈਆਂ 'ਚ ਕਿੰਨਾ ਕੁ ਬੋਲਾ ਕੱਢਿਆ ਪਹਿਲੀ ਚੁਵਾਈ 'ਚ ਕੋ 14 ਕਿਲੋ ਕੱਢਿਆ ਜੇ ਤੇ ਦੂਜੀ 'ਚ ਕੋ 9 ਸਿਰ ਪਹਿਲੀ 'ਚ 14 ਦੂਸਰੀ 'ਚ ਕੋ 9 ਸਿਰ ਪਿੱਛੇ ਦੇ ਬੱਚੀ ਹੈ ਜਰਸੀ ਨਸਲ ਪਿੱਛੇ ਸੈਕਸ ਸਿਮਨ ਦੀ ਬੱਚੀ ਭਾਈ ਇਕਮਲ ਜਾ ਕੇ ਟੋਰੋ ਜੀ ਗਰਮੀ ਬੜੀ ਹੈ ਓਏ ਦੋਸਤੋ ਪਹਿਲਾਂ ਵੈੜ ਹੈ ਮੂੰਹ ਦੀ ਛਿੱਗੀ ਪਹਿਲਾਂ ਸੁਆ ਸੂਈ ਹੈ ਠੀਕ ਹੈ ਭਾਈ ਜਾਨ ਟੋਰੋ ਜੀ ਤੁਹਾਨੂੰ ਮੈਂ ਦੋਸਤਾਂ ਨੂੰ ਫਿਰ ਚੈੱਕ ਕਰਾਉਣਾ ਇਹ ਚੈੱਕ ਕਰੋ ਜੀ
ਆਓ ਭਾਈ ਸ਼ਾਹ ਦੇ ਅੰਦਰ ਜੀ। ਲਾਓ ਸਰ ਰੇਟ ਭਾਈ ਫਰਿਆਦ, ਡੈਡੀ ਤੇ 3 ਲੱਖ ਦੀ ਏ। ਇਹਦਾ ਰੇਟ ਮੁਨਾਸਬ ਕਰਨਾ ਹੈ। 2,60,000 ਰੁਪਏ ਹੋਏਗਾ ਫਾਈਨਲ ਇਹਦਾ। 2,60,000? ਹਾਂ, 2,60,000 ਰੁਪਇਆ। ਵੇਖੋ ਡੈਡੀ, ਪੱਕੇ ਚੱਡੇ ਦੀ ਏ, ਉਹ ਖੱਗੇ ਵਾਲੀ ਨੇ, ਗੋਸ਼ਤ ਵਾਲਾ ਬਾਨਾ ਨਹੀਂ। ਠੀਕ ਹੈ, ਸ਼ਰਾਫਤ ਵੀ ਦੋਸਤਾਂ ਵੇਖ ਲੈਣੀ ਆ। ਹਾਂਜੀ, ਵੇਖੋ ਤੁਸੀਂ, ਠੀਕ, ਉਸ ਗੱਲ ਦਾ ਕੋਈ ਨਹੀਂ। ਇਹ ਚੱਕ ਕਰੋ ਮਗਾਰ ਜੁੱਟੇ ਤੋਂ ਜੀ, ਉਹ ਮਰਜ਼ੀ ਨਾ ਸਾਲੇ ਨਾਲ ਕਿਹੜੀ ਕੋ ਬੇਨਸ ਲਈ ਜੇ। 2,60,000? 2,60,000 ਠੀਕ। ਆ ਚਮੜੀ ਵੀ ਦੋਸਤਾਂ ਵੇਖ ਲੈਣੀ ਆ। ਵੈਕਸੀਨ ਕੀਤੀ ਹੈ ਨਾ? ਵੈਕਸੀਨ ਹੋਈ ਉਸ ਗੱਲ ਦੀ ਅੱਲਾ ਰੱਖ, ਮੈਂ ਕੋਈ ਟੈਨਸ਼ਨ ਨਹੀਂ। ਠੀਕ ਹੈ, ਅੱਗੇ ਆ ਗਈ ਜੀ ਗਾਂ ਨੰਬਰ 2। ਅੱਛਾ, ਮਾਰੋ ਆ ਤੁਸੀਂ ਭਾਈ ਲਿਆਸ ਪਰ ਉਹਨੂੰ ਕੱਢ ਲਓ, ਜਾ ਕੇ ਕਰੋ ਭਾਈ ਇੱਕ ਮਿੰਟ। ਕਾਲੇ ਥਾਨੇ ਪਾਵਰਫੁਲ ਮੱਝਾਂ ਵਾਲੇ ਟੋਰਿਓ ਟੋਰਿਓ। ਕਿੰਨਵਾਂ ਸੂਆ ਭਾਈ ਸ਼ਾਹਦ ਦਾ? ਦੂਸਰਾ ਸੂਆ ਸੂਈ ਹੈ। ਹਾਂਜੀ, ਤੇ 11 ਸਿਰ ਦੀ ਪੱਕੀ ਗਰੰਟੀ ਹੋਈ ਬੱਚੇ ਨੂੰ ਉਹਦੇ ਛੱਡ ਗਿਆ। ਕਿਦਾਂ ਦੀ ਸੂਈ ਹੈ? ਇਹਨੂੰ ਸੂਈ ਨੂੰ ਮਹੀਨਾ ਹੋ ਗਿਆ ਜੀ। ਮਹੀਨਾ ਹੋ ਗਿਆ, 11 ਕਿਲੋ ਦੀ ਗਰੰਟੀ ਹੋਈ ਦੀ ਬੱਚੇ ਨੂੰ ਛੱਡ ਕੇ? ਬੱਚੇ ਨੂੰ ਛੱਡ ਕੇ, ਹਾਂਜੀ। ਪਿੱਛੇ ਜਾ ਕੀ ਇਹਦੇ? ਦੁੱਧ ਦੀ ਵਾਟੀ ਕੋਈ 14 ਕਿਲੋ। ਹੁਣ ਥੋੜ੍ਹੀ ਜਿਹੀ ਘੱਟੀ ਪਠੇ ਮੇਰਾ ਝਿਲਾ ਤਾਈ ਸਾਨੂੰ। ਠੀਕ ਹੈ, ਮੈਂ ਕੋਲ ਆਇਆ ਕਹਿੰਦਾ ਅੱਗੇ ਪਾਣੀ ਛਣੀ ਆ ਗਿਆ, ਤੂੜੀ ਦਾ ਕਿਤਾਬਾ ਬਹੁਤਾ ਚੱਲਣ ਡਿਆ। ਮਹੀਨਾ ਹੋ ਗਿਆ, ਦੂਸਰਾ ਸੂਆ ਸੂਈ ਹੈ। ਇਹ ਚੈੱਕ ਕਰੋ ਦੁੱਧ ਕਿੰਨਾ ਦੱਸਿਆ ਜੇ? 11 ਲੀਟਰ ਬੱਚੇ ਨੂੰ। ਇਹ ਜਿਹੜੇ ਆ ਬਣਿਆ ਨਿਸ਼ਾਨ ਜਿਹਾ ਕਾਹਦਾ ਸੀ? ਨਿਸ਼ਾਨ ਇਹਨੂੰ ਗੱਡੀ ਚ ਪਾਣੇ ਤੇ ਲੱਗੀ ਹੈ। ਠੀਕ ਹੈ, ਹੋਰ ਬਿਮਾਰੀ ਤੋਂ ਸਾਫ਼ ਹੈ? ਬਿਮਾਰੀ ਤੇ ਕੋਈ ਟੈਨਸ਼ਨ ਨਹੀਂ ਹੋਣ ਲੱਗੀ। ਠੀਕ ਹੈ, ਪਿੱਛੇ ਜਾ ਕੇ ਬੱਚਾ ਸੂ? ਬੱਚਾ ਜੇ ਪਿੱਛੇ, ਹਾਂਜੀ। ਆਹ ਚੈੱਕ ਕਰੋ ਜੀ, ਤੇ ਪੂਰੀ ਜਾਂਚ ਤੇ ਤੁਸੀਂ ਪੂਰਾ ਛੱਡਿਆ ਜੇ, ਵੇਖ ਲਓ ਇੱਕ ਮਹੀਨੇ ਦਾ ਬੱਚਾ, ਇਹ ਮਹੀਨੇ ਵੀ ਘੱਟ ਹੈ, ਲੇਕਿਨ ਕੋਈ ਬਾਈਕ ਮਿਲਦਰ ਕਰੋ ਬੱਚਾ, ਮੋਨਾ ਬੱਚਾ, ਜਰਸੀ ਬੱਚਾ, ਵੇਖੋ ਜਰਸੀ ਕਰਾ ਸੀ ਵੈੜੀ ਏ। ਠੀਕ, ਇਹ ਚੈੱਕ ਕਰ ਲਓ ਜੀ, ਬੱਚਾ ਵੀ ਦੋਸਤਾਂ ਵੇਖ ਲੈਣੇ ਨਿੱਕੇ ਨਿੱਕੇ। ਠੀਕ ਹੈ, ਤੇ ਵੈੜੀ ਵੀ ਜਰਸੀ ਦਾ ਕਰਾ ਸੀ ਤੇ ਬੱਚਾ ਵੀ ਜਰਸੀ ਕਰਾ ਸੀ। ਠੀਕ, ਤੁਹਾਨੂੰ ਦੋਸਤਾਂ ਫਿਰ ਵੇਖ ਲੈਣੇ ਨੇ। ਗਾਂ ਨੰਬਰ 2 ਜਰਸੀ ਕਰਾ ਸੀ? ਹਾਂਜੀ, ਵਲੈਤੀ ਜਰਸੀ ਕਰਾ ਸੀ। ਜਰਸੀ ਤੇ ਵਲੈਤੀ ਦਾ ਕੀ ਕਰੇ, ਰਾ ਸੁੱਟੇ ਵੈੜੀ ਫਿਰ ਮੇਰੀ। ਠੀਕ ਹੈ, ਬੱਚੇ ਨੂੰ ਪਿਲਾ ਕੇ 11 ਕਿਲੋ ਦੁੱਧ ਦੇ ਦੋਵਾਂ ਟਾਈਮਾਂ ਦਾ, ਬੱਚੇ ਨੂੰ ਪਿਲਾ ਕੇ ਦੂਸਰਾ ਸੂਆ, ਮਹੀਨਾ ਹੋ ਗਿਆ ਪਿੱਛੇ ਦੇ ਬੱਚਾ, ਵਲੈਤੀ ਤੇ ਜਰਸੀ ਕਰਾਸ। ਠੀਕ ਹੈ ਭਾਈ, ਲੈ ਆਵੋ ਜੀ। ਲਓ ਜੀ ਦੋਸਤੋ, ਗਾਂ ਨੰਬਰ 2 ਲੈ ਆਓ ਸਰ। ਲੈ ਬਿਜ਼ੀ ਹੋ ਕੇ ਜਗ੍ਹਾ ਸਮਝ ਥੋੜ੍ਹੀ ਹੈ। ਲਓ ਜੀ ਦੋਸਤੋ, ਠੀਕ, ਆਓ ਭਾਈ ਸ਼ਾਹਦ ਇੱਥੇ ਸਾਹਮਣੇ ਆਓ, ਗਾਂ ਨੰਬਰ 2 ਦਾ ਰੇਟ ਲਾਓ, ਇੱਥੇ ਲਾਓ ਭਾਈ ਫਰਿਆਦ। ਇਹ ਤਾਂ ਰੇਟ ਮੁਨਾਸਬ ਹੈ, 1,65,000 ਰੁਪਇਆ। 1,65,000? 1,65,000 ਰੁਪਇਆ, ਹਾਂਜੀ। ਰੇਟ ਜ਼ਿਆਦਾ ਨਹੀਂ ਕਰਨੇ, ਮੁਨਾਸਬ ਰਹਿੰਦਾ ਤਾਂ ਭਰਾ ਦੱਸਣ ਵੀ ਰੇਟ ਗਲਤ ਨਹੀਂ ਹੈ, ਸਹੀ ਨੇ ਆਪੀ ਦੱਸਣਗੇ ਪਏ। ਠੀਕ, ਅੱਜ ਸਭ ਤੋਂ ਕੰਮ ਰੇਟ ਇਹਦਾ ਹੀ ਹੈ, ਕੰਮ ਰੇਟ ਇਹਦਾ। ਲਓ ਦੋਸਤੋ, ਗਾਂ ਨੰਬਰ 2 ਸੀ, ਕੀਮਤ ਡਿਮਾਂਡ 1,65,000 ਪਿੱਛੇ। ਠੀਕ, ਇਹ ਚੈੱਕ ਕਰੋ ਜੀ, ਤੁਹਾਨੂੰ ਦੋਸਤਾਂ ਫਿਰ ਵੇਖ ਲੈਣੇ। ਠੀਕ ਹੈ, ਹੋਰ ਕੋਈ ਕੰਮ ਦੇ? ਮੋਟੀ ਹੋਏਗੀ, ਮੈਂ 6 ਡੰਗਰ ਵੀਡੀਓ 'ਚ ਪਾਏ ਨੇ ਭਾਈ ਫਰਿਆਦ, ਲੈ ਦੋ ਕੰਮ। ਸਿਆਣਿਆਂ ਨੇ ਚੁਆਈ ਭੈੜੀ ਹੋਏ, ਚੁਆਈ ਭੈੜੀ ਹੋਏ ਕਿ ਥੰਜ ਗਲਟੀ ਫੁਹਾਰ ਕਿਸੇ ਕਿਸਮ ਦਾ ਕਿਨੂੰ ਕਸ ਹੋਏ, ਅੱਲਾ ਦੇ ਹੁਕਮ ਨਾਲ ਘਰ ਗਏ ਦਾ ਕਿਰਾਇਆ ਆਉਣ ਜਾਂਦਾ ਮੈਂ ਦਾਂਗਾ। ਠੀਕ ਹੈ, ਲਓ ਜੀ ਦੋਸਤੋ, ਇਹ ਨੰਬਰ ਨੰਬਰ 1 'ਤੇ ਜਿਹੜੀ ਵੈਰ ਚੈੱਕ ਕਰਾਈ, ਜਿਹੜੀ ਪਿੱਛੇ ਬੱਚੀ ਦੋਸਤਾਂ ਵੀ ਵੇਖਣੀ, ਸ਼ੋਅ ਕਰਨਾ, ਮਾਸ਼ਾਅੱਲਾ ਸੋਹਣੀ ਚੀਜ਼ ਦਿੱਤੀ ਹੈ, ਅਤੇ ਸੈਕਸ ਸਿਮਨ ਦੀ ਬੱਚੀ, ਉਮੀਦ ਕਰਨਾ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋਏਗੀ। ਸਾਰੇ ਦੋਸਤਾਂ ਅੱਗੇ ਗੁਜ਼ਾਰਿਸ਼ ਹੈ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਲਾਜ਼ਮੀ ਕਰਨਾ, ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਕਰਨਾ, ਇਜਾਜ਼ਤ ਚਾਹੁੰਦੇ ਹਾਂ। ਪੈਗਾਮ ਕੋ ਦੇਣਾ ਭਾਈ ਜੀ? ਕੋਈ ਨਾ, ਕਰਦੇ ਆ। ਆਓ ਸਰ ਭਾਈ ਸ਼ਾਹਦ, ਉੱਧਰ ਆਇਓ ਜ਼ਰਾ, ਹੋਰ ਦੋਸਤਾਂ ਵਾਸਤੇ ਕੋਈ ਪੈਗਾਮ? ਦੋਸਤਾਂ ਪੈਗਾਮ ਮੈਂ ਅਸੀਂ ਦੋਸਤਾਂ ਦਾ ਸ਼ੁਕਰੀਆ ਅਦਾ ਨਹੀਂ ਕਰਦੇ, ਮਿਹਰਬਾਨੀ ਜੀ ਉਹਨਾਂ ਦੀ, ਨਾ ਇੱਥੇ ਮਾਲ ਵੇਖਣ ਵੀ ਨਹੀਂ ਆਉਂਦੇ, ਵੇਖੋ ਨਾ ਤਮਾਦ ਤੂੰ ਵੱਡਾ ਤਮਾਦ ਕੋਈ ਨਹੀਂ ਜੀ, ਜੀ ਅਸੀਂ ਵਪਾਰੀ ਹਾਂ, ਅਸੀਂ ਵੀ 2 ਟਾਈਮ ਚੁਆਈ ਕਰਕੇ ਮਾਲ ਲੈਂਦੇ ਹਾਂ।
ਭਰਾਵਾਂ ਦੇ ਇੰਨੀ ਮਿਹਰਬਾਨੀ ਹੈ ਨਾ, ਧਮਾਲ ਦੇ ਸਾਡੇ 'ਤੇ ਅਸੀਂ ਮਾਲ ਉਹਨਾਂ ਨੂੰ ਘੱਲਦੇ ਹਾਂ, ਸਾਨੂੰ ਬਿਆਨਾ ਘੱਲਦੇ ਨੇ ਪਹਿਲੇ ਹੱਥ, ਇਹ ਕੋਰਟ 'ਚ ਪੈਸੇ ਘੱਲਦੇ ਨੇ ਅਤੇ ਅਸੀਂ ਮਾਲ ਘੱਲਦੇ ਨੇ ਹਾਂ, ਇਹ ਤੋਂ ਵੱਡਾ ਤਬਾਰ ਕੋਈ ਨਹੀਂ, ਅਤੇ ਅਸੀਂ ਅੱਲਾ ਦੇ ਹੁਕਮ ਨੇ ਤਬਾਹ ਨੂੰ ਠੇਸ ਨਹੀਂ ਪਹੁੰਚਾਉਂਦੇ। ਜ਼ਿੰਦਾਬਾਦ। ਕਾਰੋਬਾਰ ਸੋਹਣਾ ਕਰਾਂਗੇ ਜਿੰਨਾ ਚਿਰ ਹੋਇਆ, ਜਿੰਨੇ ਸਿੱਧੂ ਮੂਸੇ ਵਾਂਗ ਅਗਲੇ ਜਾਣ ਟੁਰ ਜਾਣਗੇ। ਹੋਏ, ਕਿਆ ਬਾਤ ਹੈ, ਬਹੁਤ ਰੱਬ ਰਾਖਾ, ਰੱਬ ਰਾਖਾ ਜੀ, ਇਜਾਜ਼ਤ ਚਾਹੁੰਦੇ ਹਾਂ, ਅੱਲਾ ਹਾਫਿਜ਼।